ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮਲਟੀਟਾਸਕਿੰਗ ਆਰ ਵੀ ਵਿੱਚ ਕੀ ਹਾਲ ਚਾਲ ਨੇ ਤੁਹਾਡੇ ਸਭ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਘੈਂਟ ਹੋਵੋਗੇ ਤੇ ਲੋ ਜੀ ਅੱਜ ਦੀ ਵੀਡੀਓ ਦੀ ਕਰਦੇ ਆ ਸਟਾਰਟਿੰਗ ਤੇ ਮੈਂ ਪਹਿਲਾਂ ਵੀ ਇੱਕ ਜਿਹੜੀ ਆ ਵੀਡੀਓ ਪਾਈ ਹੋਈ ਆ ਸੇਮ ਇਸੇ ਟੌਪਿਕ ਤੇ ਕਿ ਅਸੀਂ ਜਿਹੜਾ ਬਣੇ ਹੋਏ ਗਲੇ ਦੇ ਵਿੱਚ ਲਾਈਨਿੰਗ ਕਿਸ ਤਰ੍ਹਾਂ ਲਗਾ ਸਕਦੇ ਆ ਠੀਕ ਹੈ ਜੀ ਉਹ ਵਾਲੀ ਲਾਈਨਿੰਗ ਹੋ ਸਕਦਾ ਆ ਮਤਲਬ ਉਹ ਵਾਲੇ ਮੈਥਡ ਨਾਲ ਹੋ ਸਕਦਾ ਆ ਕੀ ਕਈਆਂ ਨੂੰ ਲਾਈਨਿੰਗ ਜਿਹੜੀ ਅਟੈਚ ਕਰਨੀ ਆ ਜਾਵੇ ਸ਼ਰਟ ਦੇ ਨਾਲ ਤੇ ਕਈਆਂ ਕੋਲ ਜਿਹੜੀ ਆ ਨਾ ਹੋਵੇ ਸੋ ਜਿਹੜਾ ਆ ਵਾਲਾ ਮੈਥਡ ਮੈਂ ਦੱਸਣ ਜਾ ਰਹੀ ਆ ਇਹ ਵਾਲਾ ਮੈਥਡ ਸਭ ਤੋਂ ਆਸਾਨ ਮੈਥਡ ਆ ਜੇ ਮੈਂ ਦੇਖਾਂ ਤਾਂ ਸਿਲਾਈ ਦੇ ਵਿੱਚ ਤੇ ਜਿਹੜੇ ਬਿਗਿਨਰ ਹੁੰਦੇ ਆ ਉਹਨਾਂ ਨੂੰ ਜਿਹੜਾ ਅਸੀਂ ਸਭ ਤੋਂ ਪਹਿਲਾਂ ਇਹੀ ਵਾਲਾ ਮੈਥਡ ਸਿਖਾਉਂਦੇ ਆ ਕਿ ਇਸ ਮੈਥਡ ਨਾਲ ਜਿਹੜਾ ਆ ਅਸੀਂ ਬਣੇ ਹੋਏ ਗਲੇ ਦੇ ਵਿੱਚ ਕਿਸ ਤਰ੍ਹਾਂ ਇਨਰ ਜਿਹੜਾ ਅਸੀਂ ਲਗਾਉਣਾ ਆ ਉਹ ਅਟੈਚ ਕਰ ਸਕਦੇ ਦੇਖੋ ਇਥੇ ਜਿਹੜਾ ਗਲਾ ਸਾਡਾ ਬਣਿਆ ਹੋਇਆ ਹੈ ਬਿਲਕੁਲ ਤੇ ਇਨਰ ਦੀ ਅਸੀਂ ਕਟਿੰਗ ਪ੍ਰੋਪਰ ਕਰ ਲਈ ਆ ਜਿਸ ਤਰ੍ਹਾਂ ਅਸੀਂ ਕਟਿੰਗ ਕਰਦੇ ਹੁੰਨੇ ਆ ਸ਼ਰਟ ਦੇ ਨਾਪ ਦੀ ਤੇ ਇਹਦੇ ਵਿੱਚ ਜਿਹੜਾ ਅਸੀਂ ਥੋੜਾ ਮਾਰਜਨ ਰੱਖ ਕੇ ਅੱਧਾ ਇੰਚ ਕੱਪੜਾ ਰੱਖ ਕੇ ਜਿਹੜੀ ਸਿਲਾਈ ਲਗਾਉਨੇ ਹੁੰਨੇ ਆ ਉਹ ਸਿਲਾਈ ਲਗਾਈ ਆ ਉਹ ਸਿਲਾਈ ਲਗਾਉਣ ਦਾ ਮਕਸਦ ਇਹ ਹੁੰਦਾ ਕਿਈ ਵਾਰ ਕੀ ਸਾਡੀ ਲਾਈਨਿੰਗ ਜਾਂ ਕੱਪੜਾ ਸਾਡਾ ਸ਼੍ਰਿੰਕ ਹੋ ਜਾਂਦਾ ਆ ਤੇ ਫਿਰ ਜਿਹੜਾ ਅਸੀਂ ਜਿਹੜੀ ਸਿਲਾਈ ਅੰਦਰ ਐਕਸਟਰਾ ਕੱਪੜਾ ਲੈ ਕੇ ਲਗਾਈ ਹੁੰਦੀ ਆ ਤੇ ਉਹਨਾਂ ਜਿਹੜੀ ਅਸੀਂ ਆਪਣੀ ਲਾਈਨਿੰਗ ਦੀ ਸिलाई ਜਦੋਂ ਖੋਲ ਦੇਵਾਂਗੇ ਤੇ ਜਿੰਨਾ ਕਪੜਾ ਸ਼੍ਰਿੰਕ ਹੋਇਆ ਹੁੰਦਾ ਉਹ ਖੁੱਲ ਜਾਂਦਾ ਆ ਤੇ ਉਹਦੇ ਨਾਲ ਸਾਡੇ ਜਿਹੜੀ ਸ਼ਰਟ ਦੀ ਗੈਟਅਪ ਆ ਦੁਬਾਰਾ ਤੋਂ ਸੇਮ ਹੋ ਜਾਂਦੀ ਨਹੀਂ ਤਾਂ ਜਿਹੜਾ ਆ ਕਪੜਾ ਫੇਰ ਤੋਂ ਝੋਲਖਾਨ ਲੱਪ ਜਾਂਦਾ ਆ ਸੋ ਇਸ ਕਰਕੇ ਜਿਹੜੀ ਇਹ ਲਾਈਨਿੰਗ ਦੇ ਵਿੱਚ ਥੋੜਾ ਜਿਹਾ ਮਾਰਜਨ ਲੈ ਕੇ ਸिलाई ਲਗਾਉਣੀ ਚਾਹੀਦੀ ਆ ਕਿਉਂ ਕਾਟਨ ਦੇ ਵਿੱਚ ਤਾਂ ਲਗਾਣੀ ਹੀ ਚਾਹੀਦੀ ਹੈ ਕਿਉਂਕਿ ਕਾਟਨ ਜਿਹੜਾ ਇਕੱਠਾ ਹੁੰਦਾ ਹੀ ਹੁੰਦਾ ਆ ਸੋ ਦੇਖੋ ਜੀ ਇਹਦੇ ਕਪੜਾ ਜਿਹੜਾ ਅਸੀਂ ਬਿਲਕੁਲ ਪ੍ਰੋਪਰ ਆਪਣੇ ਸ਼ਰਟ ਦੇ ਨਾਪ ਦਾ ਕੱਟ ਲਿਆ ਸੀ ਲਾਈਨਿੰਗ ਦਾ ਤੇ ਲਾਈਨਿੰਗ ਨੂੰ ਪਹਿਲਾਂ ਜਿਹੜਾ ਅਸੀਂ ਅਟੈਚ ਕਰ ਲਵਾਂਗੇ ਪੂਰੀ ਸ਼ਰਟ ਦੇ ਨਾਲ ਜਿਸ ਤਰ੍ਹਾਂ ਅਸੀਂ ਕੱਚਾ ਕਰਕੇ ਅਟੈਚ ਕਰਦੇ ਹੁੰਨੇ ਆ ਤੁਸੀਂ ਜਾਓ ਮਸ਼ੀਨ ਦੇ ਨਾਲ ਵੀ ਕੱਚਾ ਵਖੀਆ ਕਰ ਸਕਦੇ ਹੋ ਤੁਸੀਂ ਜਾਓ ਤੇ ਹੱਥ ਦੇ ਨਾਲ ਵੀ ਜਿਹੜਾ ਆ ਇਹਨੂੰ ਅਟੈਚ ਕਰ ਸਕਦੇ ਹੋ ਤੇ ਇਥੇ ਜਿਹੜੀ ਲਾਈਨਿੰਗ ਦਾ ਸੀਲ ਲਗਾ ਲੋ ਕਟਿੰਗ ਕੀਤੀ ਹੁੰਦੀ ਹੈ ਇਹ ਪੂਰਾ ਪ੍ਰੋਪਰ ਜਿੰਨਾ ਸਾਡਾ ਟੀਰਾ ਹੁੰਦਾ ਆ ਉਹ ਟੀਰਾ ਲੈ ਕੇ ਹੀ ਅਸੀਂ ਕਟਿੰਗ ਕਰਨੀ ਆ ਤੇ ਜਿਹੜਾ ਗਲਾ ਸੀ ਅਟੈਚ ਕਰਨਾ ਹੈ ਉਹ ਵੀ ਅਸੀਂ ਪ੍ਰੋਪਰ ਜਿੰਨਾ ਸਾਡੇ ਗਲੇ ਦੀ ਮਤਲਬ ਚੌੜਾਈ ਹੋਊਗੀ ਉਸੇ ਹੀ ਹਿਸਾਬ ਨਾਲ ਜਿਹੜਾ ਆ ਅਸੀਂ ਲਗਾਣਾ ਹੈ ਇੱਥੇ ਪਹਿਲਾਂ ਨਿਸ਼ਾਨ ਲਗਾ ਲੈਣੇ ਆ ਉਹਨਾਂ ਨਿਸ਼ਾਨਾਂ ਦੇ ਉੱਪਰ ਹੀ ਅਸੀਂ ਜਿਹੜਾ ਗਲੇ ਨੂੰ ਬਿਠਾਉਣਾ ਹੈ ਤੇ ਇੱਕ ਚੀਜ਼ ਹੋਰ ਇਹਦੀ ਡੀਪਨੈਸ ਵੀ ਤੁਸੀਂ ਘਟ ਕਰ ਸਕਦੇ ਹੋ ਜਿੰਨਾ ਸਾਡੇ ਗਲੇ ਦੀ ਡੁੰਗਾਈ ਹੁੰਦੀ ਆ ਉਸ ਨੂੰ ਪਹਿਲਾਂ ਜਿਹੜਾ ਅਸੀਂ ਮਾਪ ਲੈਣਾ ਹੈ ਤੇ ਸਾਨੂੰ ਜਿੰਨੀ ਚਾਹੀਦੀ ਹੈ ਜੀ ਉੱਪਰੋਂ ਜਿਹੜਾ ਹੈ ਉਹਨਾਂ ਨੂੰ ਕੱਟ ਦਵਾਂਗੇ 8 ਇੰਚ ਸਲਾਈ ਦਾ ਮਾਰਜਨ ਲੈ ਕੇ ਤੇ ਉਹਦੇ ਨਾਲ ਡੀਪਨੈਸ ਵੀ ਜਿਹੜੀ ਅਸੀਂ ਇਹਦੀ ਕੱਟ ਕਰ ਸਕਦੇ ਆ ਜੇ ਵਧਾਉਣੀ ਹੋਵੇ ਵਧਾਉਣ ਦੇ ਅਲੱਗ ਮੈਥਡ ਹੈ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦੂੰਗੀ ਕਿ ਬਣੇ ਹੋਏ ਗਲੇ ਨੂੰ ਜੇ ਥੋੜਾ ਜਿਹਾ ਅਸੀਂ ਡੀਪ ਕਰਨਾ ਹੈ ਤੇ ਅਸੀਂ ਕਿਸ ਤਰ੍ਹਾਂ ਕਰ ਸਕਦੇ ਆ ਠੀਕ ਹੈ ਜੀ ਤੇ ਇਸ ਦੇ ਨਾਲ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਮੈਂ ਜਿਹੜੇ ਆ ਡਿਜ਼ਾਈਨ ਡ्रेसेस ਵਗੈਰਾ ਜਾਂ ਜਿਹੜੇ ਸੂਟ ਵਗੈਰਾ ਜੇ ਕਿਸ ਤਰ੍ਹਾਂ ਡਿਜ਼ਾਈਨ ਕਰਦੀਆਂ ਉਹ ਜ਼ਿਆਦਾ ਤੋਂ ਜਿਹੜੇ ਆ ਮੈਂ ਇੰਸਟਾਗ੍ਰam ਤੇ ਅਪਲੋਡ ਕਰਦੀਆਂ ਤੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਮੈਂ ਜਿਹੜਾ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦੇਵਾਂਗੀ ਤੇ ਦੇਖੋ ਜੀ ਇੱਥੇ ਅਸੀਂ ਪੂਰੀ ਲਾਈਨਿੰਗ ਜਿਹੜੀ ਆ ਅਟੈਚ ਕਰ ਲਈ ਆ ਆਪਣੀ ਸ਼ਰਟ ਦੇ ਪੀਸ ਦੇ ਨਾਲ ਤੇ ਹੁਣ ਜਿੰਨਾ ਸਾਡਾ ਅਸੀਂ ਕੱਪੜੇ ਨੂੰ ਸਿੱਧਾ ਵਿਛਾ ਕੇ ਰੱਖ ਲਵਾਂਗੇ ਤੇ ਜਿੱਦਾਂ ਸਾਡਾ ਕਪੜਾ ਬਿਲਕੁਲ ਬੇਸ ਕੇ ਆਊਗਾ ਪੂਰੀ ਅਸੀਂ ਗਲੇ ਦੀ ਸ਼ੇਪ ਦੇ ਵਿੱਚ ਜਿਹੜਾ ਆ ਸਿਲਾਈ ਲਗਾਉਣੀ ਜਿਹੜੀ ਸ਼ੁਰੂ ਕਰ ਦੇਣੀ ਆ ਤੇ ਇਹ ਅਸੀਂ ਸਿਲਾਈ ਜਿਹੜੀ ਲਗਾਉਣੀ ਆ ਇੱਕ ਪੈਰ ਦੀ ਲਗਾਉਣੀ ਆ ਜੇ ਤੁਹਾਡੇ ਸਟੋਨ ਵਗੈਰਾ ਦਿੱਤੇ ਹੋਏ ਆ ਸੂਟ ਦੇ ਵਿੱਚ ਤੇ ਤੁਸੀਂ ਕੀ ਕਰਨਾ ਹੈ ਹੱਥ ਦੇ ਨਾਲ ਹੀ ਕੱਚਾ ਵਖੀਆ ਕਰ ਲਿਓ ਉਸ ਤੋਂ ਬਾਅਦ ਜਿਹੜਾ ਆ ਕਪੜਾ ਐਕਸਟਰਾ ਨੂੰ ਜਿਹੜਾ ਆ ਅੱਧਾ ਅੱਧਾ ਇੰਚ ਮਾਰਜਿਨ ਛੱਡਦੇ ਹੋਏ ਜਿਹੜਾ ਆ ਕਪੜੇ ਨੂੰ ਕੱਟ ਕਰ ਦਿਓ ਤੇ ਉਹਨੂੰ ਜਿਹੜਾ ਅੰਦਰ ਦੀ ਤਰਫ ਨੂੰ ਫੋਲਡ ਕਰਕੇ ਜਿਹੜੀ ਉਹਦੇ ਉੱਪਰ ਸਿਲਾਈ ਲਗਾ ਦੇਵਾਂਗੇ ਇੱਥੇ ਜਿਹੜੀ ਸ਼ਰਟ ਦੇ ਉੱਪਰ ਥ੍ਰੈਡਵਰਕ ਕੀਤਾ ਹੋਇਆ ਸੀ ਤੇ ਇਸ ਦੇ ਉੱਪਰ ਜਦੋਂ ਮੈਂ ਸਿਲਾਈ ਚਲਾਈ ਤੇ ਜਿਹੜੀ ਸਿਲਾਈ ਆ ਉਹ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ ਸੀ ਇੱਕ ਪੈਰ ਦੀ ਜਿਹੜੀ ਅਸੀਂ ਸਿਲਾਈ ਚਲਾਈ ਆ ਗਲੇ ਤੋਂ ਦੂਰ ਕਰਕੇ ਤੇ ਜਿਹੜੀ ਆ ਬਿਲਕੁਲ ਗਲੇ ਦੀ ਸ਼ੇਪ ਦੇ ਵਿੱਚ ਜਿਹੜੀ ਅਸੀਂ ਸਿਲਾਈ ਲਗਾਉਣੀ ਆ ਉਹ ਜਦੋਂ ਅਸੀਂ ਕਪੜੇ ਦੀ ਕਟਿੰਗ ਕਰ ਦੇਣੀ ਆ ਕਪੜੇ ਨੂੰ ਫੋਲਡ ਕਰਦੇ ਹੋਏ ਫਿਰ ਜਿਹੜੀ ਸਿਲਾਈ ਲਗਾਉਣੀ ਆ ਏ ਵਾਲਾ ਮੈਥਡ ਜਿਹੜਾ ਆ ਉਹ ਮੈਨੂੰ ਜ਼ਿਆਦਾ ਵਧੀਆ ਨਹੀਂ ਲੱਗਦਾ ਜੇ ਮੈਂ ਆਪਣਾ ਐਕਸਪੀਰੀਅੰਸ ਦੱਸਾਂ ਤਾਂ ਕਿਉਂਕਿ ਇਹਦੇ ਵਿੱਚ ਜਿਹੜੀ ਇੰਨੀ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਜਿਹੜਾ ਮੈਂ ਪਹਿਲਾਂ ਇੱਕ ਤੁਹਾਡੇ ਨਾਲ ਜਿਹੜਾ ਮੈਥਡ ਸ਼ੇਅਰ ਕੀਤਾ ਆ ਉਹਦੇ ਵਿੱਚ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਆ ਜੇ ਹੋ ਸਕੇ ਤਾਂ ਤੁਸੀਂ ਉਹੀ ਵਾਲਾ ਮੈਥਡ ਜਿਹੜਾ ਅਪਣਾਓ ਉਹਦੇ ਨਾਲ ਬਿਲਕੁਲ ਇੱਕ ਦਾ ਗਲਾ ਬਿਲਕੁਲ ਸ਼ੇਪ ਦੇ ਵਿੱਚ ਆਉਂਦਾ ਆ ਤੇ ਬਹੁਤ ਹੀ ਆਸਾਨੀ ਨਾਲ ਗਲਾ ਅਟੈਚ ਵੀ ਹੋ ਜਾਂਦਾ ਆ ਤੇ ਸਾਨੂੰ ਵਾਧੂ ਜਿਹੜੀਆਂ ਉਸ ਹੀ ਲਾਈਆਂ ਵੀ ਨਹੀਂ ਮਾਨੀਆਂ ਬੈਨੀਆਂ ਇੱਕ ਹੀ ਸਲਾਈ ਦੇ ਵਿੱਚ ਜਿਹੜਾ ਆ ਉਹ ਵਧੀਆ ਗਲਾ ਅਟੈਚ ਹੋ ਜਾਂਦਾ ਪਰ ਫੇਰ ਵੀ ਜੇ ਕਿਸੇ ਨੂੰ ਨਹੀਂ ਉਸ ਤਰ੍ਹਾਂ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਜਿਹੜਾ ਆ ਕਰ ਸਕਦੇ ਹੋ ਦੇਖੋ ਜੀ ਅਸੀਂ ਕਪੜਾ ਜਿਹੜਾ 1/2 ਇੰਚ ਮਾਰਜਨ ਲੈ ਕੇ ਜਿਹੜਾ ਕਟਿੰਗ ਕਰ ਦਿੱਤੀ ਸੀ ਤੇ ਛੋਟੇ ਛੋਟੇ ਕੱਟ ਤੁਸੀਂ ਲਗਾ ਸਕਦੇ ਹੋ ਗਲੇ ਦੇ ਵਿੱਚ ਤਾਂ ਕਿ ਜਿਹੜਾ ਆ ਸੋਰੀ ਗਲੇ ਦੇ ਵਿੱਚ ਨਹੀਂ ਕਪੜੇ ਦੇ ਵਿੱਚ ਤਾਂ ਕਿ ਜਿਹੜਾ ਆ ਚੰਗੀ ਤਰ੍ਹਾਂ ਨਾਲ ਕਪੜਾ ਬਿਲਕੁਲ ਪ੍ਰੋਪਰ ਸ਼ੇਪ ਦੇ ਵਿੱਚ ਫੋਲਡ ਹੋ ਜਵੇ ਤੇ ਦੇਖੋ ਇਥੇ ਕੰਡੇ ਤੇ ਅਸੀਂ ਸਿਲਾਈ ਲਗਾਉਣੀ ਆ ਕੱਪੜੇ ਨੂੰ ਬਿਲਕੁਲ ਅੰਦਰ ਫੋਲਡ ਕਰਦੇ ਹੋਏ ਪੂਰੇ ਨਾਪ ਦੇ ਨਾਲ ਜਿਹੜੀ ਆ ਬਿਲਕੁਲ ਕਿਨਾਰੇ ਕਿਨਾਰੇ ਤੇ ਸਿਲਾਈ ਲਗਾ ਦੇਣੀ ਆ ਸਿਲਾਈ ਲਗਾਉਣ ਤੋਂ ਬਾਅਦ ਜਿਹੜਾ ਸਾਡਾ ਗਲਾ ਆ ਇਹ ਬਣ ਕੇ ਤਿਆਰ ਹੋ ਜਾਊਗਾ ਤੇ ਲਾਈਨਿੰਗ ਜਦੋਂ ਸਾਡੀ ਪ੍ਰੋਪਰ ਗਲੇ ਵਿੱਚ ਲੱਗ ਜੂਗੀ ਇਹਦੇ ਵਿੱਚ ਤਰਪਾਈ ਵਗੈਰਾ ਵੀ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਦਾਬ ਦੀ ਸਿਲਾਈ ਇਹ ਵਾਲੀ ਜਿਹੜੀ ਕੋਨੇ ਤੇ ਲਗਾਈ ਹੈ ਇਹ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਇਸ ਕੱਪੜੇ ਨੂੰ ਫੋਲਡ ਕਰਕੇ ਜਿਹੜਾ ਹੱਥ ਨਾਲ ਵੀ ਜਿਹੜੇ ਟਾਂਕੇ ਭਰ ਸਕਦੇ ਹੋ ਉਦੇ ਨਾਲ ਹੋਰ ਵੀ ਜ਼ਿਆਦਾ ਫਿਨਿਸ਼ਿੰਗ ਜਿਹੜੀ ਆ ਜਾਂਦੀ ਆ ਤੇ ਹੱਥ ਨਾਲ ਜਦੋਂ ਅਸੀਂ ਹੌਲੀ-ਹੌਲੀ ਕੰਮ ਕਰਦੇ ਆ ਤਾਂ ਉਹਦੇ ਨਾਲ ਹੋਰ ਵੀ ਜ਼ਿਆਦਾ ਫਿਨਿਸ਼ਿੰਗ ਫਿਰ ਆਉਂਦੀ ਆ ਤੇ ਅੱਜ ਦੀ ਵੀਡੀਓ ਕਰਦੇ ਆ ਜੀ ਇਥੇ ਐਂਡ ਤੁਹਾਨੂੰ ਪ੍ਰੋਪਰ ਜਿਹੜਾ ਗਲਾ ਆ ਬਣਾ ਕੇ ਐਂਡ ਦੇ ਵਿੱਚ ਦਿਖਾ ਦੇਵਾਂਗੇ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਆ ਤੇ ਇਸ ਦੇ ਨਾਲ ਤੁਹਾਨੂੰ ਇੱਕ ਰਿਕੁਐਸਟ ਆ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਨਾ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤੁਹਾਡੇ ਲਈ ਜਰਾ ਵੀ ਜਿਹੜੀ ਵੀਡੀਓ ਹੈਲਪਫੁਲ ਹੁੰਦੀ ਆ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਦੇਖੋ ਜੀ ਸਾਡਾ ਗਲਾ ਜਿਹੜਾ ਬਣ ਕੇ ਤਿਆਰ ਆ ਪ੍ਰੋਪਰ ਸ਼ੇਪ ਦੇ ਵਿੱਚ ਉਸੇ ਤਰ੍ਹਾਂ ਜਿਹੜੀ ਆ ਲਾਈਨਿੰਗ ਲੱਗ ਗਈ ਆ ਜਿਸ ਤਰ੍ਹਾਂ ਸਾਡਾ ਜਿਹੜਾ ਗਲਾ ਬਣਿਆ ਹੋਇਆ ਸੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਜਿਹੜਾ ਇਹ ਵਾਲਾ ਮੈਥਡ ਵਧੀਆ ਲੱਗਾ ਜਾਂ ਇਸ ਤੋਂ ਪਹਿਲਾ ਵਾਲਾ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਬਾਏ ਬਾਏ ਟੇਕ ਕੇਅਰ ਆਪਣਾ ਖਿਆਲ ਰੱਖਣਾ ਐਂਡ ਥੈਂਕ ਯੂ ਸੋ ਮੱਚ